ਪੰਜਾਬੀਆਂ ਦੇ ਵਿੱਚ ਖਾਣ ਦੀਆਂ ਚੀਜ਼ਾਂ ਨੂੰ ਲੈ ਕੇ ਅਕਸਰ ਹੀ ਕਰੇਜ਼ ਬਰਕਰਾਰ ਰਹਿੰਦਾ ਹੈ। ਇਸੇ ਕਰੇਜ਼ ਨੂੰ ਦੇਖਦੇ ਹੋਏ ਮਾਸਟਰ ਸ਼ੈੱਫ ਫਾਈਨਲਿਸਟ ਜੋਤੀ ਅਰੋੜਾ ਪਾਕਿਸਤਾਨ ਤੇ ਪੰਜਾਬ ਦੇ ਲੁਪਤ ਹੋ ਚੁੱਕੀਆਂ ਚੀਜ਼ਾਂ ਦੇ ਸਵਾਦ ਨੂੰ ਲੈ ਕੇ ਸਰਹੱਦ ਦੇ ਨੇੜੇ ਫੂਡ ਫੈਸਟੀਵਲ ਨੂੰ ਲੈ ਕੇ ਗੁਰੂ ਨਗਰੀ ਪੁੱਜੇ ਨੇ। ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਸਥਿਤ ਇਵੋਕ ਵਾਸ ਲਾਈਫ ਸਟਾਈਲ ਹੋਟਲ ਦੇ ਵਿੱਚ ਲਾਹੌਰ ਦੀਆਂ ਵੱਖ ਵੱਖ ਚੀਜ਼ਾਂ ਦੀਆਂ ਡਿਸ਼ਿਜ਼ ਨੂੰ ਪੇਸ਼ ਕੀਤਾ ਗਿਆ ਜੋ ਕਿ ਹੁਣ ਗਵਾ ਚੁੱਕੀਆਂ ਨੇ, ਪਰ ਉਹਨਾਂ ਦਾ ਸਵਾਦ ਅਜੇ ਵੀ ਨਹੀਂ ਭੁੱਲਿਆ। ਹੋਟਲ ਦੇ ਵਿੱਚ ਆਯੋਜਿਤ ਫੂਡ ਫੈਸਟੀਵਲ ਦੇ ਦੌਰਾਨ ਜਾਣਕਾਰੀ ਦਿੰਦੇ ਹੋਏ ਜੋਤੀ ਸ਼ੈੱਫ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਚੁਕੰਦਰ ਦਾ ਕਬਾਬ, ਆਲੂ ਬੁਖਾਰਾ, ਪਨੀਰ, ਅਨਾਰਕਲੀ ਬਾਜ਼ਾਰ ਦਾ ਮੁਰਗਾ ਤੇ ਕਈ ਹੋਰ ਵੀ ਡਿਸ਼ਿਜ਼ ਇੱਥੇ ਲੈ ਕੇ ਉਹ ਹਾਜ਼ਰ ਹੋਏ ਨੇ। ਉਹਨਾਂ ਦਾ ਕਹਿਣਾ ਸੀ ਕਿ ਇਸ ਦੇ ਨਾਲ ਨਾਲ ਲੋਕਾਂ ਦੇ ਵਿੱਚ ਆਪਸੀ ਪਿਆਰ ਵਧੇਗਾ ਤੇ ਨਾਲ ਸਵਾਦ ਵੀ ਬਰਕਰਾਰ ਰਹੇਗਾ। ਮੈਂ ਮਾਸਟਰ ਸ਼ੈੱਫ ਦੀ ਫਾਈਨਲਿਸਟ ਹਾਂ ਔਰ ਅਸੀਂ ਇੱਕ ਫੂਡ ਫੈਸਟੀਵਲ ਕਰ ਰਹੇ ਹਾਂ ਸਰਹੱਦ ਕੇ ਪਾਰ, ਔਰ ਅਸੀਂ ਉਹ ਰੈਸਪੀਜ਼ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਲੋਕ ਜਾਣਦੇ ਹੀ ਨਹੀਂ ਹੈ, ਜਿਹੜੀਆਂ ਕਿ ਲੋਸਟ ਰੈਸਪੀਜ਼ ਨੇ। ਅਸੀਂ ਉਹਨਾਂ ਨੂੰ ਦੁਬਾਰਾ ਤੋਂ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਸਾਡੇ ਪੰਜਾਬੀ ਭੁੱਲ ਚੁੱਕੇ ਨੇ, ਜਿਹੜੀਆਂ ਮਸਾਲੇ ਵੀ ਔਰ ਜਿਹੜੀਆਂ ਰੈਸਪੀਜ਼ ਜਿਹੜੀਆਂ ਚੀਜ਼ਾਂ ਨਾ ਲੋਕ ਜਾਣਦੇ ਨਹੀਂ, ਅਸੀਂ ਉਹ ਦੁਬਾਰਾ ਉਹਨਾਂ ਚੀਜ਼ਾਂ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਇਵੋਕ ਹੋਟਲ ਨੇ ਇਹ ਬੜੀ ਮੇਰੇ ਨਾਲ ਰਲ ਕੇ ਬਹੁਤ ਖਾਸ ਕੋਸ਼ਿਸ਼ ਕੀਤੀ ਹੈ ਕਿ ਬਈ ਅਸੀਂ ਇਸ ਚੀਜ਼ ਕਾਮਯਾਬ ਹੋਈਏ, ਔਰ ਅਸੀਂ ਇੱਕ ਇਹ ਜ਼ਰੂਰ ਉਪਰਾਲਾ ਕੀਤਾ ਕਿ ਬਈ ਅਸੀਂ ਪੋਕਿਟ ਫਰੈਂਡਲੀ ਕਰੀਏ ਲੋਕਾਂ ਵਾਸਤੇ, ਕਿ ਜਿਹੜੀ ਲੋਕਾਂ ਵਾਸਤੇ ਬਹੁਤ ਜ਼ਿਆਦਾ ਕੋਸਟਲੀ ਨਾ ਹੋਏ ਚੀਜ਼, ਕਿ ਬਈ ਉਹ ਅਫੋਰਡ ਕਰ ਸਕਣ। ਸਰਹੱਦ ਕੇ ਪਾਰ ਜਿਸ ਤਰ੍ਹਾਂ ਹੁਣ ਜਿਹੜਾ ਪੰਜਾਬ ਸੀ ਸਾਡਾ ਪਾਰਟੀਸ਼ਨ ਤੋਂ ਪਹਿਲੇ, ਅਸੀਂ ਉਹਦੀਆਂ ਰੈਸਪੀਜ਼ ਲਿਆਉਂਦੀਆਂ ਜਿਹੜੀਆਂ ਅਨਡਿਵਾਈਡਿਡ ਪੰਜਾਬ ਤੋਂ ਸੀ। ਰੈਸਪੀਜ਼ ਹੁਣ ਜਿਸ ਤਰ੍ਹਾਂ ਕਈ ਅਸੀਂ ਇੱਕ ਲਿਆਉਂਦੀ ਹੈ ਪੜਦਾ ਬਿਰਿਆਨੀ, ਜਿਹੜੀ ਅਸੀਂ ਉਹ ਰੋਟੀ ਦੇ ਵਿੱਚ ਰੈਪ ਕਰਕੇ ਬਣਾਉਂਦੇ ਹਾਂ, ਜਿਹੜੀ ਰੋਟੀ ਵੀ ਉਹਦੇ ਨਾਲ ਖਾਈ ਜਾਂਦੀ ਹੈ। ਇੱਕ ਅਸੀਂ ਚਿਕਨ ਬਣਾਇਆ ਜਿਹੜਾ ਆਟੇ ਦੇ ਵਿੱਚ ਲਪੇਟ ਕੇ ਉਹਨੂੰ 3 ਘੰਟੇ ਤੰਦੂਰ 'ਚ ਬਣਾਈਦਾ ਹੈ, ਉਹ ਲਿਆਉਂਦਾ। ਜਾਂ ਅਸੀਂ ਇੱਕ ਸਪੈਸ਼ਲ ਕਰ ਰਹੇ ਹਾਂ ਚੁੱਲ੍ਹੇ ਦੀ ਦਾਲ, ਜਿਹੜੀ ਅਸੀਂ ਰਾਤ ਭਰ ਤੰਦੂਰ 'ਤੇ ਕੁੱਕ ਕਰਕੇ ਅਸੀਂ ਤਾਂ ਸਾਰਿਆਂ ਨੂੰ ਸਰਵ ਕਰਨਾ ਕਿ ਜਿੱਦਾਂ ਉਹ ਦਾਲ ਦਾ ਫਲੇਵਰ ਆਏ। ਅਸੀਂ ਦਾਲ ਮੱਖਣੀ ਸਰਵ ਨਹੀਂ ਕਰ ਰਹੇ ਅੰਮ੍ਰਿਤਸਰ 'ਚ ਪਹਿਲੀ, ਬਿਲਕੁਲ ਅੰਮ੍ਰਿਤਸਰ 'ਚ ਇਹ ਸਾਰੀਆਂ ਰੈਸਪੀਜ਼ ਪਹਿਲੀ ਵਾਰੀ ਸਰਵ ਕਰ ਰਹੇ ਹਾਂ ਅਸੀਂ। ਜਿਸ ਤਰ੍ਹਾਂ ਇੱਥੇ ਲੋਕਾਂ ਨੇ ਸੁਣਿਆ ਵੀ ਨਹੀਂ ਹੋਏਗਾ ਚੁਕੰਦਰ ਕੇ ਕਬਾਬ, ਅਸੀਂ ਉਹ ਚੀਜ਼ਾਂ ਵੀ ਸਰਵ ਕਰ ਰਹੇ ਹਾਂ ਜਿਹੜੀਆਂ ਲੋਕਾਂ ਨੇ ਬਿਲਕੁਲ ਸੁਣਿਆ ਵੀ ਨਹੀਂ ਹੋਣਗੀਆਂ। ਅੰਮ੍ਰਿਤਸਰ ਵਾਸੀਆਂ ਨੂੰ ਕੀ ਕਹਿਣਾ? ਅੰਮ੍ਰਿਤਸਰ ਵਾਸੀਆਂ ਨੂੰ ਅਸੀਂ ਇਹ ਕਹਾਂਗੇ ਕਿ ਵੀ ਤੁਸੀਂ ਆਓ, ਟਰਾਈ ਕਰੋ ਉਹ ਚੀਜ਼ਾਂ ਜਿਹੜੀਆਂ ਕਿ ਤੁਸੀਂ ਕਿਤੇ ਟਰਾਈ ਵੀ ਨਹੀਂ ਕੀਤੀਆਂ ਹੁੰਦੀਆਂ। ਅਸੀਂ 16 ਤਰੀਕ ਨੂੰ ਸ਼ੁਰੂ ਕੀਤਾ ਔਰ ਅਸੀਂ 31 ਅਗਸਤ ਤੱਕ ਕੰਟੀਨਿਊ ਕਰ ਰਹੇ ਹਾਂ। ਲਾਸਟ ਸੜਕ ਦੇ 31 ਅਗਸਤ। ਧਰਮਵੀਰ ਗਿੱਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ ਟੀਵੀ, NRI।